ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਤੇ ਜੋ ਵੀਡੀਓ ਆਪਾਂ ਅੱਜ ਕਿਸ ਟੌਪਿਕ ਤੇ ਬਣਾਉਣੀ ਹੈ ਬਹੁਤ ਸਾਰੇ ਮੈਨੂੰ ਮੈਸੇਜ ਤੇ DM ਆਉਂਦੇ ਨੇ ਕਿ ਤੁਸੀਂ ਦੱਸੋ ਅਸੀਂ ਬੂਟਕਟ ਜੀਨਸ ਕਿੱਥੋਂ ਬਾਏ ਕਰੀਏ ਸਾਨੂੰ ਇਹ ਨਹੀਂ ਪਤਾ ਲੱਗਦਾ ਅਸੀਂ ਕਿਹੜੀ ਫਿਟਿੰਗ ਲਈਏ ਕਾਫੀ ਮੈਸੇਜ ਆਉਂਦੇ ਨੇ ਮੈਂ ਕਾਫੀ ਸਾਰੀਆਂ ਵੀਡੀਓ ਬਣਾ ਚੁੱਕਾ ਬੂਟਕਟ ਜੀਨਸ ਤੇ ਤੁਸੀਂ ਪੁੱਛਦੇ ਰਹਿੰਦੇ ਹੋ ਕਿ ਬੂਟਕਟ ਜੀਨਸ ਅਸੀਂ ਕਿੱਥੋਂ ਬਾਏ ਕਰੀਏ ਆਇਓ ਤੁਹਾਨੂੰ ਸਾਰਾ ਅਸੀਂ ਵੀਡੀਓ ਦੱਸਦੇ ਹਾਂ ਕਿੱਥੋਂ ਤੁਸੀਂ ਬਾਏ ਕਰਨੀ ਹੈ ਕਿਹੜੀ ਜੀਨਸ ਤੁਸੀਂ ਬਾਏ ਕਰਨੀ ਹੈ ਬੂਟਕਟ ਜੀਨਸ ਦੇ ਵਿੱਚ ਆਜੋ ਫਿਰ ਵੀਡੀਓ ਸ਼ੁਰੂ ਕਰਦੇ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਤੇ ਜ਼ਰੂਰ ਕਲਿੱਕ ਕਰਿਓ ਕਿਉਂਕਿ ਤੁਹਾਨੂੰ ਮੇਰੀਆਂ ਨਵੀਆਂ ਨਵੀਆਂ ਵੀਡੀਓ ਦੇ ਨੋਟੀਫਿਕੇਸ਼ਨ ਮਿਲਦੀ ਰਹਿਣ ਤੇ ਜ਼ਿਆਦਾ ਟਾਈਮ ਤੁਹਾਡਾ ਨਾਲ ਲੈਂਦੇ ਹਾਂ ਆਜੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਫਿਰ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਮੈਨੂੰ ਬਹੁਤ ਸਾਰੇ ਮੈਸੇਜ ਤੇ ਕਮੈਂਟ ਵੀ ਆ ਜਾਂਦੇ ਨੇ ਬੂਟਕਟ ਜੀਨਸ ਦੇ ਵਿੱਚ ਤੇ ਬੈਲ ਬਾਟਮ ਦੇ ਵਿੱਚ ਕੀ ਡਿਫਰੈਂਟ ਹੁੰਦਾ ਹੈ ਬੈਲ ਬਾਟਮ ਜੋ ਪੈਂਟ ਹੈ ਉਹ ਥੋੜੀ ਕਿ ਥੱਲਿਓਂ ਲੂਜ ਹੁੰਦੀ ਹੈ ਤੇ ਜਿਹੜੀ ਬੂਟਕਟ ਹੈ ਥੋੜੀ ਕਿ ਘੱਟ ਲੂਜ ਹੁੰਦੀ ਹੈ ਬੂਟਕਟ ਜ਼ਿਆਦਾ ਲੂਜ ਨਹੀਂ ਹੁੰਦੀ ਜਿਹੜੀ ਜ਼ਿਆਦਾ ਲੂਜ ਹੁੰਦੀ ਉਹਨੂੰ ਬੈਲ ਬਾਟਮ ਬੋਲਦੇ ਨੇ ਹਮੇਸ਼ਾ ਤੁਸੀਂ ਇਹ ਗੱਲ ਦਾ ਖਿਆਲ ਰੱਖਣਾ ਹੈ ਤੁਸੀਂ ਕਿਹੜੀ ਜੀਨ ਬਾਏ ਕਰਨੀ ਹੈ ਤੁਸੀਂ ਬੂਟਕਟ ਜੀਨਸ ਬਾਏ ਕਰਨੀ ਹੈ ਥੋੜੀ ਜਿਹੀ ਲੂਜ ਹੋਊਗੀ ਜ਼ਿਆਦਾ ਲੂਜ ਨਹੀਂ ਹੋਊਗੀ ਕਿ ਕਾਫੀ ਜਿਸ ਤਰ੍ਹਾਂ ਤੁਸੀਂ ਇਹ ਪਿਕ ਦੇ ਵਿੱਚ ਦੇਖ ਰਹੇ ਹੋ ਤੇ ਤੁਸੀਂ ਇਹ ਗੱਲ ਦਾ ਖਿਆਲ ਰੱਖਣਾ ਹੈ ਕਿ ਅਸੀਂ ਬੈਲ ਬਾਟਮ ਜੋ ਹੈ ਉਹ ਕੱਪੜੇ ਦੇ ਵਿੱਚ ਆਉਂਦੀ ਹੈ ਤੇ ਬੂਟਕਟ ਜੀਨਸ ਹੈ ਉਹ ਜੀਨ ਦੇ ਵਿੱਚ ਆਉਂਦੀ ਹੈ ਇਹ ਗੱਲ ਦਾ ਜ਼ਰੂਰ ਧਿਆਨ ਰੱਖਣਾ ਹੈ ਇਹ ਤੁਹਾਨੂੰ ਜੋ ਕਨਫਿਊਜ਼ਨ ਹੈ ਤੁਹਾਡੀ ਅੱਜ ਕਲੀਅਰ ਹੋ ਗਈ ਹੋਵੇਗੀ ਬੂਟਕਟ ਜੀਨਸ ਅਸੀਂ ਬਾਏ ਕਰਨ ਲੱਗੇ ਹਾਂ ਕਿਹੜੀਆਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਾਂਗੇ ਬਹੁਤ ਜ਼ਰੂਰੀ ਗੱਲਾਂ ਨੇ ਧਿਆਨ ਨਾਲ ਤੁਸੀਂ ਸੁਣਨਾ ਤੇ ਤੁਸੀਂ ਇਹ ਗਲਤੀ ਕਦੇ ਨਹੀਂ ਕਰਨੀ ਜੋ ਤੁਹਾਨੂੰ ਮੈਂ ਦੱਸਾਂਗਾ ਤੁਸੀਂ ਹਮੇਸ਼ਾ ਬੂਟਕਟ ਜੀਨਸ ਲੈਣ ਜਾਂਦੇ ਹੋ ਉਹ ਤੁਹਾਨੂੰ ਜੀਨਸ ਦਿਖਾਉਂਦੇ ਨੇ ਤਾਂ ਤੁਸੀਂ ਕੀ ਕਰਦੇ ਹੋ ਉਹਨਾਂ ਨੂੰ ਤਾਂ ਅਸੀਂ ਕਈ ਵਾਰ ਕਹਿ ਦਿੰਦੇ ਹੋ ਕਿ ਸਾਨੂੰ ਇਹ ਜੀਨ ਪਸੰਦ ਨਹੀਂ ਕੋਈ ਵੀ ਇਹਨਾਂ ਦੇ ਵਿੱਚੋਂ ਉਹ ਕਹਿਣਗੇ ਸਰ ਸਾਡੀ ਮਰਜ਼ੀ ਦੇ ਲਓ ਉਹਨਾਂ ਦੀ ਮਰਜ਼ੀ ਦੀ ਕਦੇ ਤੁਸੀਂ ਜੀਨ ਨਹੀਂ ਬਾਏ ਕਰਨੀ ਇਹ ਗੱਲ ਦਾ ਜ਼ਰੂਰ ਖਿਆਲ ਰੱਖਣਾ ਹੈ ਉਹ ਤੁਹਾਨੂੂੰ ਉਹ ਜੀਨਸ ਦੇਣਗੇ ਜੋ ਵਿਕਣੀ ਰਹੀਆਂ ਜੋ ਲੇਟੈਸਟ ਤੇ ਨਵੀਆਂ ਜੀਨਸ ਨੇ ਉਹ ਤੁਹਾਨੂੰ ਕਦੇ ਨਹੀਂ ਦੇਣਗੇ ਉਹ ਕਿਉਂਕਿ ਉਹਨਾਂ ਦੇ ਉਹ ਪੀਸ ਵਿਕਣੀ ਰਹੇ ਉਹ ਤੁਹਾਨੂੰ ਤਾਂ ਦੇਣਗੇ ਇੱਕ ਗੱਲ ਦਾ ਜ਼ਰੂਰ ਖਿਆਲ ਰੱਖਣਾ ਜਦੋਂ ਬੂਟਕਟ ਜੀਨਸ ਲੈਣੀ ਹੈ ਉੱਥੇ ਟਰਾਈ ਕਰਕੇ ਜ਼ਰੂਰ ਦੇਖਣੀ ਹੈ ਮੁੜ ਕੇ ਘਰੇ ਆ ਕੇ ਟਰਾਈ ਕਰਕੇ ਨਹੀਂ ਦੇਖਣੀ ਕਿ ਫਿਰ ਤੁਹਾਨੂੰ ਵਾਪਸ ਜਾਣਾ ਪਵੇ ਫਿਰ ਤੁਹਾਡਾ ਟਾਈਮ ਵੀ ਖਰਾਬ ਹੋਏਗਾ ਉੱਥੇ ਟਰਾਈ ਰੂਮ ਬਣੇ ਹੁੰਦੇ ਨੇ ਚੈੱਕ ਕਰਕੇ ਤੇ ਫਿਰ ਤੁਸੀਂ ਜੀਨਸ ਨੂੰ ਬਾਏ ਕਰਨਾ ਹੈ ਜੇ ਤੁਹਾਨੂੰ ਫਿਟਿੰਗ ਵਧੀਆ ਤੇ ਜ਼ਬਰਦਸਤ ਲੱਗਦੀ ਹੈ ਫਿਰ ਤੁਸੀਂ ਜ਼ਰੂਰ ਬਾਏ ਕਰਨੀ ਹੈ ਨਹੀਂ ਤੇ ਨਹੀਂ ਬਾਏ ਕਰਨੀ ਫਿਰ ਹੋਰ ਕੇ ਸ਼ੌਪ ਤੋਂ ਟਰਾਈ ਕਰ ਸਕਦੇ ਤੁਸੀਂ ਜਾ ਕੇ ਇਹ ਗਲਤੀਆਂ ਕਦੇ ਨਹੀਂ ਕਰਨੀਆਂ ਤੁਸੀਂ ਹਮੇਸ਼ਾ ਫਿਟਿੰਗ ਤੇ ਫੈਬਰਿਕ ਜੋ ਵੀ ਤੁਹਾਨੂੰ ਵਧੀਆ ਤੇ ਡਿਫਰੈਂਟ ਜੋ ਸੌਫਟ ਸਟੱਫ ਹੈ ਉਹ ਤੁਸੀਂ ਬਾਏ ਕਰਨਾ ਹੈ ਵੀ ਜੋ ਹਾਰਡ ਸਟੱਫ ਹੈ ਉਹ ਨਹੀਂ ਬਾਏ ਕਰਨਾ ਬੂਟਕਟ ਜੀਨਸ ਦੇ ਵਿੱਚ ਤੁਸੀਂ ਇਹ ਗੱਲ ਦਾ ਜ਼ਰੂਰ ਖਿਆਲ ਰੱਖਣਾ ਹੈ ਤੇ ਕਈ ਵਾਰ ਤੁਸੀਂ ਬੂਟਕਟ ਜੀਨਸ ਲੈਣ ਦੇ ਵਿੱਚ ਗਲਤੀਆਂ ਕਰ ਲੈਂਦੇ ਇੱਕ ਹੋਰ ਬਹੁਤ ਵੱਡੀ ਗਲਤੀ ਕਰਦੇ ਹੋ ਕਿ ਤੁਸੀਂ ਬੂਟਕਟ ਦੀ ਜੀਨਸ ਦੀ ਜਗ੍ਹਾ ਬੈਗੀ ਜੀਨਸ ਲੈਂਦੇ ਹੋ ਬੈਗੀ ਜੀਨਸ ਤੇ ਬੂਟਕਟ ਜੀਨਸ ਦੇ ਵਿੱਚ ਬਹੁਤ ਅੰਤਰ ਹੈ ਇੱਕ ਰੈਗੂਲਰ ਫਿੱਟ ਆਉਂਦੀ ਹੈ ਜੋ ਲੂਜ ਪੈਂਟ ਆਉਂਦੀ ਰੈਗੂਲਰ ਫਿੱਟ ਬੈਗੀ ਜੀਨਸ ਤੇ ਬੂਟਕਟ ਜੀਨਸ ਬੂਟਕਟ ਜੀਨਸ ਸਾਡੀ ਥੱਲਿਓਂ ਥੋੜ੍ਹੀ ਲੂਜ ਹੋਊਗੀ ਜੋ ਸਾਡੇ ਪਹੁੰਚੇ ਨੇ ਉਹਨਾਂ ਦੇ ਕੋਲ ਅਤੇ ਨਹੀਂ ਤਾਂ ਉੱਪਰੋਂ ਸਾਡੀ ਫਿਟਿੰਗ ਪ੍ਰੋਪਰ ਜੋ ਹੈ ਦੂਸਰੀ ਵਰਗੀ ਹੋਏਗੀ ਜਿਸ ਤਰ੍ਹਾਂ ਮੁੜ ਕੇ ਸਲਿਮ ਫਿੱਟ ਹੋਈ ਸਕਿੰਨੀ ਫਿੱਟ ਹੋਈ ਥੋੜ੍ਹੀ ਟਾਈਟ ਹੋਏਗੀ ਉਹ ਜ਼ਿਆਦਾ ਅੱਛੀ ਲੱਗੇਗੀ ਅਤੇ ਤੁਸੀਂ ਇਹ ਗੱਲ ਦਾ ਜ਼ਰੂਰ ਖਿਆਲ ਰੱਖਣਾ ਇਹ ਗਲਤੀ ਕਦੇ ਨਹੀਂ ਕਰਨੀ ਕਿ ਅਸੀਂ ਜੀਨਸ ਕੋਈ ਲੈਣੀ ਹੈ ਤਾਂ ਅਸੀਂ ਬੈਗੀ ਜੀਨਸ ਲੈਣਤੀ ਹੈ ਫਿਰ ਕਹਿੰਦੇ ਨੇ ਸਾਡੀ ਫਿਟਿੰਗ ਨਹੀਂ ਵਧੀਆ ਆਉਂਦੀ ਸਾਨੂੰ ਜੀਨਸ ਨਹੀਂ ਵਧੀਆ ਮਿਲਦੀਆਂ ਤੁਸੀਂ ਔਨਲਾਈਨ ਸ਼ਾਪਿੰਗ ਕਰਨੀ ਹੈ ਤੁਸੀਂ ਮੈਂਤਰਾ ਹੋਇਆ ਜਿਸ ਤਰ੍ਹਾਂ ਤੁਸੀਂ ਮਤਲਬ ਕਿ ਫਲਿੱਪਕਾਰਟ ਐਮਾਜ਼ੋਨ ਲਵਾਇਸ ਦੀ ਪਿੰਟ ਜੇ ਤੁਸੀਂ ਜ਼ਿਆਦਾ ਕੋਈ ਪੈਸੇ ਖਰਚਣੇ ਤਾਂ ਫਿਰ ਜ਼ਬਰਦਸਤ ਫਿਟਿੰਗ ਓਰੀਜਨਲ ਜੀਨ ਲੈਣੀ ਚਾਹੁੰਦੇ ਹੋ ਤਾਂ ਲਵਾਇਸ ਦੀ ਜੀਨ ਲੈਣੀ 517 ਲਿਖ ਕੇ ਨਾ ਤੁਸੀਂ ਬੂਟਕਟ ਜੀਨਸ ਲਿਖ ਕੇ ਕਿਸੇ ਵੀ ਇਹਨਾਂ ਨੂੰ ਜੋ ਔਨਲਾਈਨ ਜਿਸ ਤਰ੍ਹਾਂ ਸ਼ੋਪਿੰਗ ਕਰਨੀ ਚਾਹੁੰਦੇ ਹੋ ਤਾਂ ਤੁਸੀਂ 517 ਲਵਾਇਸ ਬੂਟਕਟ ਜੀਨਸ ਸਭ ਤੋਂ ਬੈਸਟ ਜੀਨ ਹੈ ਲਵਾਇਸ ਬਹੁਤ ਬੈਸਟ ਬਹੁਤ ਵਧੀਆ ਲੱਗਦੀ ਹੈ ਤੁਸੀਂ ਇਹਨਾਂ ਜੀਨਸ ਦੇ ਵਿੱਚੋਂ ਹੀ ਕੋਈ ਬਾਏ ਕਰ ਸਕਦੇ ਹੋ ਕਲਰ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਲੈ ਸਕਦੇ ਹੋ ਇਹ ਗੱਲਾਂ ਦਾ ਜ਼ਰੂਰ ਖਿਆਲ ਰੱਖਿਓ ਮੇਰੀਆਂ ਦਾ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਕਿਉਂਕਿ ਤੁਹਾਨੂੰ ਮੇਰੀਆਂ ਨਵੀਆਂ ਨਵੀਆਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦੇ ਰਹਿਣ ਤੇ ਫਿਰ ਅਗਲੀ ਵੀਡੀਓ 'ਚ ਮਿਲਦੇ ਹਾਂ ਧੰਨਵਾਦ